ਜੀ ਆਪਾਂ ਇੱਕ ਬਲੌਗ ਕਰਨ ਖਤਮ ਕਰਨ ਤੋਂ ਬਾਅਦ ਦੂਜਾ ਸਟਾਰਟ ਕਰ ਲਿਆ ਸੀ। ਹੁਣ ਆਪਾਂ ਬਣਾਉਣ ਲੱਗ ਗਏ ਦਾਲ। ਦਾਲ ਕਾਹਦੀ ਬਣਾਉਣੀ ਆ? ਮੂੰਗੀ ਮਸਰੀ ਦੀ, ਹੈ ਨਾ। ਇਵੇਂ ਭਿਉਂ ਕੇ ਰੱਖ ਲਈ ਸੀਗੀ ਅਤੇ ਦਾਲ ਰੱਖ ਲਈ ਅਤੇ ਰੋਟੀ ਰੋਟੀ ਬਣਾਵਾਂਗੇ। ਫਿਰ ਰਵਨੀਤ ਸਕੂਲੋਂ ਆਊਗੀ ਅਤੇ ਰਿੱਝ ਦੀਆਂ ਅਤੇ ਇੰਨੇ ਆਏ ਸੀਗੇ ਭਾਈ ਮੁਰਗੀ ਵਾਲਿਆਂ ਅਤੇ ਉਹ ਵੀ ਤੁਹਾਨੂੰ ਦਿਖਾਉਣੇ ਆ। ਪਾਣੀ ਪੂਣੀ ਸਵੇਰੇ ਸ਼ਾਮ ਰੱਖ ਦੋ ਅਤੇ ਫਿਰ ਰਾਤ ਨੂੰ ਪਾ ਦੋ ਵੀ ਮਰ ਮਰ ਵਿੱਚ ਬਰਥਡੇ ਮੁਰਗੀ ਦੇ ਦੇ ਦੋ ਤਿੰਨ ਉਹ ਮਾਰ ਖਰਾਬ ਕਰਕੇ ਇਹ ਤਾਂ ਹੋਰ ਇਹਨਾਂ ਨੂੰ ਜਿਵੇਂ ਮੰਨ ਲਓ ਵੀ ਇਕੱਠੇ ਇੱਕੋ ਜਿਹੇ ਵੀ ਹੋਣਗੇ ਜੇ ਅਲੱਗ ਅਲੱਗ ਹੋਣਗੇ ਜਿਵੇਂ ਉੱਧਰੋਂ ਇੱਧਰ ਕਰ ਦਈਏ ਤਾਂ ਵੀ ਲੜ ਕੇ ਉਹ ਕਰ ਜਾਂਦੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਰ ਆਈ ਆਰ ਪਿਓਰ ਹੈ ਅਤੇ ਬਲੈਕ ਹੈ। ਲਓ ਜੀ, ਹੁਣ ਰਵਨੀਤ ਸਕੂਲੋਂ ਆਉਣ ਵਾਲੀ ਆ ਅਤੇ ਆਪਾਂ ਦਾਲ ਬਣਾ ਲਈਏ, ਰੋਟੀ ਬਣਾ ਲਈਏ ਅਤੇ ਫਿਰ ਉਹਨੂੰ ਭਾਂਡੇ ਸਾਫ ਕਰ ਲਈਏ। ਇਹਦੇ ਵਿੱਚ ਦਾਲ ਪਾ ਦੀ ਹੈ ਨਾ। ਬਾਈ ਆ ਸੁਣ ਸੁਣੂ, ਤੋਤਾ ਕਿੱਥੇ ਆ? ਹੈ ਤੋਤਾ ਕਿੱਥੇ ਆ? ਕਾਟੂ ਜਾਣਾ ਹੈ? ਝੂਟਾ ਲੈਣ ਜਾਣਾ? ਇੱਧਰ ਝਾਕ, ਛੇਤੀ ਜਾਣਾ, ਛੇਤੀ ਜਾਣਾ। ਧੁੱਪ ਆ ਜਾ, ਇਹਨੂੰ ਥੋੜਾ ਜਿਹਾ ਗੇੜਾ ਦਵਾਇਓ, ਬਹੁਤ ਗਰਮੀ ਆ, ਧੁੱਪ ਤੇਜ਼ ਆ। ਵੈਸੇ ਤਾਂ ਵਧੀਆ ਮੌਸਮ, ਧੁੱਪ ਜੀ ਤੇਜ਼ ਆ। ਰਵਨੀਤ ਵੀ ਆਉਣ ਵਾਲੀ ਆ ਸਕੂਲੋਂ ਜੀ। ਆਪਣੇ ਕੱਪੜੇ ਧੋਤੇ ਗਏ ਅਤੇ ਆਪਾਂ ਹੁਣ ਸੁੱਕਣੇ ਪਾਉਣੇ ਆ। ਸਟੈਂਡ ਇੱਥੇ ਸ਼ਾਮ ਹੀ ਕਰਕੇ ਸੁੱਕਣੇ ਪਾ ਦੂੰ ਮੈਂ ਕੱਪੜੇ। ਟੀਨ 'ਚ ਵੀ ਮੈਂ ਹੁਣ ਬੈੱਡ ਸ਼ੀਟਸ ਵਗੈਰਾ ਪਾ ਤੀ ਆ, ਉਹ ਧੋਤੀਆਂ ਜਾਣਗੀਆਂ। ਅਤੇ ਚਲੋ ਜੀ, ਟਾਈਮ ਹੋ ਗਿਆ 12 ਕੁ ਵੱਜ ਗਏ ਹੈ ਨਾ। ਅਤੇ ਮੈਂ ਰੋਟੀ ਦੀ ਤਿਆਰੀ ਕਰਕੇ ਰੱਖਤੀ, ਫਿਰ ਰਵਨੀਤ ਸਕੂਲੋਂ ਆਊਗੀ ਹੁਣ ਸਵੇਰੇ। ਮਤਲਬ ਉਹਦਾ ਪੇਪਰ ਚੱਲਦੇ ਕਰਕੇ ਉਹ 12:30 ਵਜੇ ਆ ਜਾਂਦੀ ਹੁੰਦੀ ਆ ਸਕੂਲੋਂ, ਅਤੇ ਤਾਂ ਕਰਕੇ ਆਪਾਂ ਰੋਟੀ ਦੀ ਤਿਆਰੀ ਕਰ ਲਈ। ਜਿਹੜੀ ਦਾਲ ਸੀਗੀ ਉਹ ਅੱਜ ਮੈਂ ਮੂੰਗੀ ਮਸਰੀ ਦੀ ਬਣਾਈ ਆ, ਅਤੇ ਜਿਵੇਂ ਆਪਾਂ ਕਹਿੰਦੇ ਮਿਕਸ ਜੀ, ਅਤੇ ਬਣ ਗਈ ਜੀ। ਤੜਕਾ ਤੁੜਕਾ ਪਾ ਤਾ ਆਪਾਂ, ਬਹੁਤ ਸੋਹਣੀ ਸਮੈਲ ਆਉਂਦੀ ਆ। ਆਦਾ ਆਦਾ ਪਾ ਕੇ, ਟਮਾਟਰ ਪਾ ਕੇ ਤੜਕਾ ਲਾ ਤਾ, ਆਟਾ ਗੁੰਨ ਤਾ। ਅਤੇ ਜਦੋਂ ਰਵਨੀਤ ਆਊਗੀ ਬਸ ਫਿਰ ਰੋਟੀ ਬਣਾਵਾਂਗੇ। 12:30 ਨੂੰ ਉਹਨੇ ਆ ਜਾਣਾ ਅਤੇ 12 ਦਾ ਟਾਈਮ ਹੋ ਗਿਆ। ਹੁਣ ਮੈਂ ਕੱਪੜੇ ਨੇ ਜਿਹੜੇ ਉਹ ਸੁੱਕਣੇ ਪਾਉਣੀ ਆ, ਅਤੇ ਕੱਪੜੇ ਸੁੱਕਣੇ ਪਾ ਲੈਂਦੇ ਹਾਂ। ਮੈਂ ਸਟੈਂਡ 'ਤੇ ਲਾਉਂਦਾ, ਕੋਈ ਘਰ ਨਹੀਂ ਹੈਗਾ ਨਾ, ਫਿਰ ਮੈਨੂੰ ਵੀਡੀਓ ਬਣਾਉਣ ਦੀ ਆਹੀ ਦਿੱਕਤ ਆਉਂਦੀ ਆ। ਸੰਦੀਪ ਉਹਨੂੰ ਜਸਨੀਤ ਨੂੰ ਗੇੜਾ ਦਵਾਉਣ ਗਏ ਹੋਏ ਨੇ, ਅਤੇ ਅੱਜ ਮੈਂ ਸਟੈਂਡ ਦਾ ਵੀ ਕਰਤਾ ਕਵਾੜਾ। ਆਹ ਸਟੈਂਡ ਨਾ, ਇਹਦਾ ਆਹ ਮੈਥੋਂ ਟੁੱਟ ਗਈ ਲੱਤ ਜੀ ਇੱਕ। ਮੈਂ ਇਹਨੂੰ ਰੱਖਣ ਲੱਗੀ ਸੀਗੀ ਨਾ, ਵਾਈਫਾਈ 'ਚ ਕੋਈ ਵੀ ਦਿੱਕਤ ਆ ਗਈ ਸੀ, ਮੈਂ ਤੁਹਾਨੂੰ ਦਿਖਾ ਦਾ। ਅਤੇ ਜਿਹੜਾ ਆਪਣਾ ਨਾ ਵਾਈਫਾਈ ਉਹ ਇੱਥੇ ਆ ਲੋਬੀ ਦੇ ਵਿੱਚ, ਇਹਨੂੰ ਪਤਾ ਨਹੀਂ ਇੱਕ ਦਿਨ ਚੱਲਦੇ ਚੱਲਦੇ ਇਹਨੂੰ ਕੀ ਹੋ ਗਿਆ ਹੈ ਨਾ। ਇਹਦਾ ਮਤਲਬ ਉਹ ਕਹਿੰਦੇ ਵੀ ਜਿਹੜਾ ਇਹਦਾ 4G ਵਾਲਾ ਮੈਡਮ ਆ ਕੋਈ ਹੁੰਦਾ,
ਉਹ ਮੱਚ ਗਿਆ ਸੀਗਾ ਵੀ 5G ਫੋਨ ਤੇ ਤੇ ਸਾਰੇ ਚੱਲਦੇ ਸੀ, 4G ਫੋਨ ਨਹੀਂ ਸੀਗੇ ਚੱਲਦੇ, ਤੇ LED ਦੀ ਦਿੱਕਤ ਆ ਗਈ ਸੀਗੀ। ਉਹ ਭਾਈ ਇਹਨੂੰ ਠੀਕ ਕਰਨ ਆਏ ਸੀ, ਜਸਨੀਤ ਇੱਥੇ ਹੇਠਾਂ ਫਿਰਦੀ ਸੀਗੀ, ਤੇ ਮੈਨੂੰ ਐਂ ਹੋ ਗਿਆ, ਮੈਂ ਕਿਹਾ ਵੀ ਜਸਨੀਤ ਫਿਰ ਉਹ ਕੈ ਆਹ ਚੱਕ ਲੈਂਦੀ ਹੁੰਦੀ ਆ ਸਟੈਂਡ, ਅਤੇ ਵੀ ਸਟੈਂਡ ਚੱਕੂਗੀ ਅਤੇ ਵੀ ਮੈਂ ਇਹਨੂੰ ਇਕੱਠਾ ਕਰਦੇ, ਬਿਲਕੁਲ ਇਕੱਠਾ ਹੋ ਜਾਂਦਾ ਨਾ, ਫੋਲਡ ਹੋ ਜਾਂਦਾ। ਮੈਂ ਕਿਹਾ ਸੰਭਾਲਦਾ ਵੀ ਉਹ ਭੰਨਣਾ ਦੇਵੇ, ਉਹਨੇ ਤਾਂ ਕੀ ਭੰਨਣਾ ਸੀਗਾ, ਅਤੇ ਮੈਂ ਹੀ ਆਹ ਉਹ ਕਰਤਾ, ਅਤੇ ਹੁਣ ਲਾਉਣੇ ਆ ਜੀ ਕੋਈ ਜੁਗਾੜ ਇਹਦਾ, ਅਤੇ ਫਿਰ ਮੈਂ ਕੱਪੜੇ ਸੁੱਕਣੇ ਪਾਵਾਂ। ਲਓ ਜੀ, ਹੁਣ ਮੌਸਮ ਦਾ ਜਿਹੜਾ ਬਹੁਤ ਜ਼ਿਆਦਾ ਫਰਕ ਪੈ ਗਿਆ ਹੈ ਨਾ, ਵਧੀਆ ਵਧੀਆ ਮੌਸਮ ਹੋ ਗਿਆ। ਹੁਣ ਮੈਂ ਸਟੈਂਡ ਨੂੰ ਸ਼ਾਂਤ ਕਰ ਲੂੰਗੀ, ਸ਼ਾਂਤ ਕਰਕੇ ਕੱਪੜੇ ਪਾਊਂ, ਕਿਉਂਕਿ ਉੱਦਾਂ ਤਾਂ ਹਵਾ ਵਧੀਆ ਚੱਲਦੀ ਹੈ ਪਰ ਧੁੱਪ ਤੇਜ਼ ਆ, ਮੈਂ ਤੋਂ ਧੁੱਪ ਝੱਲੀ ਨਹੀਂ ਜਾਂਦੀ ਹੈਗੀ। ਮੈਨੂੰ ਹੋਰ ਕੋਈ ਦਿੱਕਤ ਨਹੀਂ ਹੁੰਦੀ, ਧੁੱਪ ਦੀ ਦਿੱਕਤ ਹੁੰਦੀ ਹੈ, ਮੇਰਾ ਸਿਰ ਦੁਖਣ ਲੱਗ ਜਾਂਦਾ। ਅਤੇ ਆਹ ਦੇਖ, ਤੁਹਾਨੂੰ ਕਿੰਨੂ ਵੀ ਦਿਖਾਵਾਂ, ਕਿੰਨੂ ਆਪਣੇ ਬਹੁਤ ਸੋਹਣੇ ਲੱਗੇ ਹੋਏ ਨੇ। ਆਹ ਦੇਖੋ, ਇਹ ਸਰਦੀਆਂ 'ਚ ਸਾਰਿਆਂ ਨੇ ਪੀਲੇ ਪੀਲੇ ਹੋ ਜਾਣਾ, ਇਸ ਵਾਰ ਬਹੁਤ ਸੋਹਣਾ ਫਲ ਲੱਗਿਆ ਹੋਇਆ ਦੇਖੋ ਜੇ ਸਾਰਾ ਰਹੂਗਾ। ਅਤੇ ਵਿੱਚ ਵਿੱਚ ਤਾਂ ਨਾ ਥੋੜ੍ਹੇ ਥੋੜ੍ਹੇ ਵੱਡੇ ਹੋ ਗਏ, ਪੀਲੇ ਹੋ ਗਏ, ਕਿਉਂਕਿ ਧੁੱਪ ਦਾ ਫਰਕ ਪੈ ਜਾਂਦਾ, ਕਿਸੇ ਸਾਈਡ ਵੱਧ ਪੈਂਦੀ ਆ, ਕਿਸੇ ਸਾਈਡ ਘੱਟ ਪੈਂਦੀ ਆ। ਜਿਵੇਂ ਆਹ ਦੇਖੋ, ਇਹਨਾਂ ਦਾ ਥੋੜ੍ਹਾ ਜਿਹਾ ਜਿਹੜਾ ਕਲਰ ਹੈ ਉਹ ਬਦਲਣ ਲੱਗ ਗਿਆ ਹੈ ਨਾ, ਅਤੇ ਇਹ ਥੋੜ੍ਹੇ ਜਿਹੇ ਪੀਲੇ ਹੋ ਗਏ, ਅਤੇ ਵੈਸੇ ਵਧੀਆ ਲੱਗੇ ਹੋਏ ਨੇ। ਇਹ ਬੂਟਾ ਬਿਲਕੁਲ ਆਪਣੇ ਵਿਹੜੇ ਦੇ ਵਿਚਕਾਰ ਆ, ਅਤੇ ਆਹ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਈ ਸੀ, ਇੱਧਰ ਆਪਣੇ ਕੁਛ ਨਿੰਬੂ ਲੱਗੇ ਹੋਏ ਨੇ, ਅਤੇ ਕੁਛ ਕੁ ਹੈਗੇ ਨੇ, ਅਤੇ ਇਹ ਹੁਣ ਪੱਕੇ ਹੋਏ ਨੇ। ਕਈ ਵਾਰ ਸਕੰਜਕ ਵੀ ਵਗੈਰਾ ਬਣ ਜਾਂਦੀ ਨਾ, ਥੋੜ੍ਹੇ ਆਪਾਂ ਰੱਖੇ ਹੋਏ ਨੇ। ਅਤੇ ਆਹ ਆਪਣਾ ਨਿੰਬੂਆਂ ਦਾ, ਅਤੇ ਆਹ ਚੀਕੂ ਦਾ ਹੋ ਗਿਆ, ਆਹ ਜਿਹੜੇ ਹੈਗੇ ਨੇ ਅਮਰੂਦ ਦੇ ਨੇ ਦੋ ਬੂਟੇ, ਅਤੇ ਇਹਨਾਂ ਨੂੰ ਮੈਂ ਡੈਕੋਰੇਟ ਕਰਿਆ ਹੋਇਆ ਆਹ ਲਗਾ ਕੇ। ਇਹ ਪਰ ਸਰਦੀ 'ਚ ਲਗਾਏ ਸੀਗੇ, ਬਹੁਤ ਸੋਹਣੇ ਲੱਗਦੇ ਸੀ, ਹੁਣ ਤਾਂ ਥੋੜ੍ਹਾ ਜਿਹਾ ਕਲਰ ਫੇਟ ਹੋ ਗਿਆ। ਹੁਣ ਆਪਾਂ ਕੋਈ ਹੋਰ ਫਰੂਟ ਵਗੈਰਾ ਦੀ ਕੋਈ ਵਧੀਆ ਜਿਹੀ ਜੇ ਕਿਤੇ ਮਿਲ ਗਈ ਕਲੈਕਸ਼ਨ ਹੈ ਨਾ, ਉਹ ਲਿਆ ਕੇ ਇਹਨਾਂ 'ਤੇ ਟੰਗ ਦਾਂਗੇ। ਸਰਦੀ 'ਚ ਤਾਂ ਜੀ ਵਧੀਆ ਰਹਿੰਦੀ ਹੈ, ਐਵੇਂ ਡੈਕੋਰੇਸ਼ਨ ਜੀ ਕਰੀ ਹੋਈ, ਗਰਮੀ 'ਚ ਧੁੱਪ ਨਾਲ ਨਾ ਇਹਨਾਂ ਦਾ ਕਲਰ ਆ ਜਿਹੜਾ ਫੇਟ ਹੋ ਜਾਂਦਾ। ਇਹ ਸ਼ਾਇਦ 5-5 ਰੁਪਏ ਦਾ ਪੀਸ ਆ ਗਿਆ ਸੀਗਾ, ਇਸ ਤਰ੍ਹਾਂ ਦੇ ਸੀਗੇ। ਐਪਲ ਸੇਬ ਸੀਗੇ ਹੈ ਨਾ, ਕਿਉਂਕਿ ਸਰਦੀਆਂ ਦੇ ਵਿੱਚ ਬੂਟੇ ਫ੍ਰੀ ਸੀਗੇ, ਹੁਣ ਤਾਂ ਇਹਨਾਂ 'ਤੇ ਫਲ ਵੀ ਲੱਗਿਆ ਹੋਇਆ, ਅਮਰੂਦ ਲੱਗੇ ਹੋਏ ਨੇ ਦੇਖੋ, ਇਹ ਹੁਣ ਪੱਕੀ ਜਾਣਗੇ। ਆਹ ਬੂਟੇ 'ਤੇ ਵੀ ਬਹੁਤ ਲੱਗੇ ਨੇ, ਇਹ 'ਤੇ ਵੀ ਬਹੁਤ ਲੱਗੇ ਨੇ। ਆਹ ਦੇਖੋ ਸੀਗੇ, ਦਿਸਦਾ ਕੈਮਰੇ 'ਚ ਧੁੱਪ ਪੈਂਦੀ ਆ ਉੱਧਰੋਂ, ਮੇਰੀ ਅੱਖਾਂ ਦੇ ਵਿੱਚ ਮੈਨੂੰ ਪਤਾ ਨਹੀਂ ਲੱਗਦਾ ਹੈਗਾ, ਪਤਾ ਨਹੀਂ ਦਿਸਦਾ ਪਤਾ ਨਹੀਂ ਨਾ। ਆਹ ਸੀਗਾ, ਆਹ ਸੀ ਇਸ ਤਰ੍ਹਾਂ ਹੈ ਨਾ ਲੱਗੇ ਹੋਏ ਨੇ। ਆਹ ਮੈਂ ਲਗਾਇਆ ਸੀਗਾ ਪਿਛਲੇ ਵਾਰ, ਹੁਣ ਫੇਟ ਹੋ ਗਏ, ਹੁਣ ਇਸ ਵਾਰ ਦੇਖਾਂਗੇ ਕੋਈ ਜਿਹੜੇ ਨਵੇਂ ਬੂਟੇ ਨੇ ਉਹ ਲਾਵਾਂਗੇ। ਇੱਥੇ ਆਪਣਾ ਚੁੱਲ੍ਹਾ ਹੁੰਦਾ ਸੀਗਾ, ਚੁੱਲ੍ਹਾ ਵਗੈਰਾ ਆਪਾਂ ਸਾਰਾ ਚੱਕਤਾ, ਅਤੇ ਆਹ ਚੱਕਵਾਂ ਚੁੱਲ੍ਹਾ ਹੈ ਨਾ, ਇਹ ਪਿਆ ਇਹਨੂੰ ਫਿਰ ਥੋੜ੍ਹੀ ਮੋਟੀ ਮਿੱਟੀ ਲਗਾਉਣ ਵਾਲੀ ਆ। ਅੰਗੀਠੀ ਵੀ ਗਲ ਗਈ ਸੀ, ਅੰਗੀਠੀ ਦੇ ਵਿਚਲਾ ਜਗਾੜ ਜਿਹਾ ਰੱਖ ਲਿਆ, ਹੁਣ ਅੰਗੀਠੀ ਦਾ ਦੇਖਾਂਗੇ ਇਸ ਵਾਰ ਸਰਦੀ 'ਚ ਕਿਵੇਂ ਕਰਾਂਗੇ, ਬਣਾਵਾਂਗੇ ਜਾਂ ਉਸ ਤਰ੍ਹਾਂ ਹੀ। ਚੁੱਲ੍ਹੇ ਦਾ ਵੀ ਮੈਂ ਸੋਚਦੀ ਹਾਂ ਵੀ ਦੂਸਰਾ ਹੀ ਮੰਗਵਾ ਲਈਏ ਹੈ ਨਾ, ਕਿਉਂ ਥੋੜ੍ਹਾ ਜਿਹਾ ਇੱਥੇ ਆਪਣੇ ਉੱਪਰ ਛੱਤ ਵਗੈਰਾ ਨਹੀਂ ਹੈਗੀ, ਮੀਂਹ ਕਣੀ ਚੌਖਾ ਹੋ ਜਾਂਦਾ। ਅਤੇ ਬਾਕੀ ਦੇਖਦੇ ਹਾਂ ਜੀ, ਕਿਸੇ ਦਿਨ ਤੁਹਾਨੂੰ ਹੋਮ ਟੂਰ ਵੀ ਦੇਵਾਂਗੇ। ਅਤੇ ਹੁਣ ਮੈਂ ਪਾਲਾਂ ਕੱਪੜੇ ਸੁੱਕਣੇ, 12 ਵੱਜ ਗਏ, ਹੁਣ ਮੈਂ ਕੱਪੜੇ ਸੁੱਕਣੇ ਪਾਲਾਂ, ਸਟੈਂਡ ਨੂੰ ਕਰਨਾ ਛਾਂ ਦੇ ਵਿੱਚ, ਛਾਂ ਦੇ ਵਿੱਚ ਕਰਕੇ ਇੱਥੇ ਜੇ ਕੱਪੜੇ ਸੁੱਕਣੇ ਪਾਉਣੇ, ਫਿਰ ਇਹਨੂੰ ਧੁੱਪੇ ਕਰ ਦਾਂਗੇ। ਅਤੇ ਬਾਕੀ ਇੰਨੇ ਰਵਨੀਤ ਆ ਜੂਗੀ, ਰਵਨੀਤ ਆ ਜੂਗੀ ਫਿਰ ਉਹਦੀ ਰੋਟੀ ਰੁਟੀ ਬਣ ਜੂਗੀ, ਰੋਟੀ ਬਣਾ ਦਾਂਗੇ, ਅਤੇ ਮੈਂ ਕੱਪੜੇ ਸੁੱਕਣੇ ਪਾਵਾਂ। ਇਸ ਤਰ੍ਹਾਂ ਉਲਝ ਜਾਂਦੇ ਨੇ, ਸਭ ਦੇ ਉਲਝਦੇ ਨੇ ਹੈ ਨਾ ਮਸ਼ੀਨਾਂ 'ਚ ਕੱਪੜੇ, ਆਹ ਸਲਵਾਰਾਂ ਦੇ ਨਾਲੇ ਤਾਂ ਇਹ ਖਿੱਚੇ ਜਾਂਦੇ ਨੇ, ਜੇ ਉੱਥੇ ਨਾ ਸੁਲਝਾ।
ਧੁੱਪ ਚ ਕਰ ਦਈਏ ਕੱਪੜੇ ਸੁੱਕ ਜਾਣਗੇ। ਮਸ਼ੀਨ ਨੇ ਵੀ ਮਾਰਤਾ ਅਲਾਰਮ। ਜਸਨੀਤ ਮਿੱਟੀ ਨਾਲ ਲਿਬੜ ਕੇ, ਪੂਰਾ ਮਿੱਟੀ ਨਾਲ ਲਿਬੜ ਕੇ ਆਇਆ ਸਕੂਲ 'ਚ ਜਾ ਕੇ, ਆਂਗਣਵਾੜੀ 'ਚ ਜਾ ਕੇ ਨਾ, ਇੱਥੇ ਆਪਣੇ ਸਾਹਮਣੇ ਬੈਠੀਆਂ ਹੁੰਦੀਆਂ ਨੇ ਮੈਡਮਾਂ, ਬੱਚੇ ਆਉਂਦੇ ਨੇ। ਆਹ ਦੇਖੋ ਜਸਨੀਤ ਦੇ ਕੰਮ, ਫਿਰ ਇਹਨੂੰ ਵੱਡੇ ਹੋਏ ਨੂੰ ਪਤਾ ਲੱਗੂਗਾ, ਦੇਖੋ ਕਿਵੇਂ ਮਿੱਟੀ ਨਾਲ ਲਿਬੜਿਆ ਹੋਇਆ। ਇਹਨੂੰ ਨਵਾਵਾਂ ਮੈਂ। ਲਓ ਜੀ, ਰਵਨੀਤ ਆ ਗਈ ਸਕੂਲੋਂ, ਅਤੇ ਉਹਦਾ ਪੇਪਰ ਸੀਗਾ, ਉਹ ਆ ਰਹੀ ਆ, ਅਤੇ 12:30 ਉਹਦੀ ਬੱਸ ਆਉਂਦੀ ਹੁੰਦੀ ਆ, 12:30 ਤੋਂ ਉੱਪਰ ਹੀ ਹੋ ਗਿਆ ਟਾਈਮ, 1:45 ਵਾਂਗੂ ਹੋ ਗਿਆ। ਅਤੇ ਹੁਣ ਆਈ ਆ ਉਹ ਸਕੂਲੋਂ। ਕਿਹੋ ਜਿਹਾ ਹੋ ਗਿਆ ਪੁੱਤ ਪੇਪਰ? ਪੂਰਾ ਵਧੀਆ ਹੋ ਗਿਆ। ਮੇਰਾ ਪੁੱਤ ਤਾਂ ਵਿਚਾਰੇ ਦਾ ਪੇਪਰ ਸੀ ਅੱਜ SSC ਦਾ, ਕਹਿੰਦਾ ਵਧੀਆ ਹੋ ਗਿਆ। ਚਲੋ ਹੁਣ ਇਹਨੂੰ ਦੇਈਏ ਪਾਣੀ ਪੂਣੀ। ਟਫ ਆਇਆ ਸੀ ਕਿ ਠੀਕ ਜਿਹਾ ਹੀ ਸੀਗਾ? ਅੱਛਾ। ਅਤੇ ਉੱਧਰ ਜਸਨੀਤ ਨਹਾ ਕੇ ਹਟੀ ਆ, ਜਸਨੀਤ ਨਹਾ ਕੇ ਹਟਿਆ। ਦੇਖੋ ਜਸਨੀਤ ਨੇ ਕਿੰਨਾ ਪਾਣੀ ਪੂਣੀ ਡੋਲਤਾ। ਹੁਣ ਇਹਦੇ ਕੱਪੜੇ ਪਾਈਏ ਅਤੇ ਰਵਨੀਤ ਨੂੰ ਰੋਟੀ ਦੇਈ। ਲਓ ਜੀ, ਆਪਾਂ ਪਾ ਲਿਆ ਆਪਣੀ ਰੋਟੀ, ਅਤੇ ਰਵਨੀਤ ਸਾਰਿਆਂ ਨੇ ਰੋਟੀ ਖਾ ਲਈ, ਅਤੇ ਹੁਣ ਮੈਂ ਲਾਸਟ 'ਤੇ ਰੋਟੀ ਖਾਂਦੀ ਹਾਂ। ਮੈਨੂੰ ਬਿਲਕੁਲ ਮੂੰਗੀ ਮਸਰੀ ਦੀ ਸਿੰਪਲ ਜੀ ਦਾਲ ਨਾਲ, ਬਸ ਵਿੱਚ ਥੋੜ੍ਹਾ ਜਿਹਾ ਦੇਸੀ ਘਿਓ ਪਾ ਕੇ, ਪਿਆਜ਼ ਅਤੇ ਹਰੀ ਮਿਰਚ ਨਾਲ ਰੋਟੀ, ਬਸ ਸਿੰਪਲ ਜੀ ਰੋਟੀ ਖਾਵਾਂਗੇ। ਅੰਬ ਦਾ ਅਚਾਰ ਹੁਣ ਮੈਂ ਲੈਂਦੀ ਨਹੀਂ, ਪਹਿਲਾਂ ਕਈ ਦਿਨ ਖਾਂਦੇ ਰਹੇ, ਹੁਣ ਮਨੋ ਲੈ ਗਿਆ, ਅਤੇ ਸੰਦੀਪ ਤਾਂ ਲੈਂਦੇ ਨੇ ਅੰਬ ਦਾ ਅਚਾਰ, ਅਤੇ ਹੁਣ ਖਾ ਲਈਏ ਜੀ ਰੋਟੀ। ਅਤੇ ਚਲੋ ਜੀ, ਫਿਰ ਕਰਦੇ ਹਾਂ ਵੀਡੀਓ ਨੂੰ ਕੰਟੀਨਿਊ। ਖੇਤ ਮੱਥਾ ਟੇਕਣ ਬਾਬਾ ਜੀ ਦੇ ਵੀ ਕਿਹਾ, ਨਾਲੇ ਤਾਂ ਚਲੋ ਲੱਡੂਆਂ ਦਾ ਜਿਹੜਾ ਮੱਥਾ ਉਹ ਟੇਕ ਕੇ ਆਈਏ। ਅਤੇ ਆ ਬੈਠਾ ਜਿੱਥੇ, ਅਤੇ ਇੱਧਰ ਇੱਧਰ ਚੱਲਦਾ ਪਾਣੀ, ਮੋਟਰ 'ਤੇ ਆਈ ਸੀ ਜੀ ਮੱਥਾ ਟੇਕਣ। ਅਤੇ ਦੇਖੋ, ਅਤੇ ਹੁਣ ਆਪਾਂ ਟੇਕ ਲਈਏ ਮੱਥਾ, ਅਤੇ ਫਿਰ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ। ਲਓ ਜੀ, ਤੁਹਾਨੂੰ ਦਿਖਾ ਦਈਏ ਆਪਣਾ ਖੇਤ, ਇੱਧਰ ਚੱਲਦੇ ਹਾਂ ਮੱਛਰ। ਹਾਂ, ਸੂਰਜ ਵੀ ਛਿਪਣ ਵਾਲਾ ਹੋਇਆ ਪਿਆ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਸ਼ੇਅਰ ਕਰੋ। ਜਸਨੀਤ ਕੀ ਆ, ਮਾਣੀ ਕਿੱਥੇ ਆ? ਮਾਣੀ ਕਿੱਥੇ ਚੱਲਦਾ? ਮਾਣੀ ਕਿੱਥੇ ਚੱਲਦਾ? ਲਓ ਜੀ, ਦਿਨ ਬਿਲਕੁਲ ਛਿਪਣਾ ਹੋਇਆ ਪਿਆ, ਬਹੁਤ ਵਧੀਆ ਵਿਊ ਲੱਗਦਾ ਖੇਤਾਂ ਦਾ, ਬਹੁਤ ਜ਼ਿਆਦਾ ਵਧੀਆ ਵਿਊ ਲੱਗਦਾ। ਜਿਹੜਾ ਦਿਨ ਆ ਬਿਲਕੁਲ ਛਿਪਣ ਵਾਲਾ ਹੋਇਆ ਪਿਆ, ਸੂਰਜ ਉੱਥੇ ਜੇ ਡੁੱਬਦਾ ਸੀਗਾ ਪਹਿਲਾਂ, ਡੁੱਬਦਾ ਸੀ, ਹੁਣ ਉਸਨੂੰ ਹਟ ਗਿਆ। ਅਤੇ ਬਹੁਤ ਸੋਹਣਾ ਵਿਊ ਲੱਗਦਾ, ਬਹੁਤ ਜੀ ਲੱਗਦਾ ਜੀ ਖੇਤਾਂ 'ਚ, ਬਹੁਤ ਜ਼ਿਆਦਾ ਜੀ ਲੱਗਦਾ। ਅਤੇ ਹੁਣ ਆਪਾਂ ਚੱਲਦੇ ਹਾਂ ਘਰੇ। ਇਹਨੂੰ ਖਾਲ ਚ ਪਾਣੀ ਜਾਂਦਾ ਸੋਹਣਾ ਲੱਗਦਾ। ਕੌਣ ਆਉਂਦਾ ਸੁਨੀਲ? ਕੌਣ ਆਉਂਦਾ? ਲੈ ਬਈ ਜਸਨੀਤ, ਵੀਡੀਓ ਬਣਾ ਰਹੇ ਹਾਂ ਤੇਰੀ।
ਦੇਖੀ ਉੱਧਰ, ਦੇਖੀ ਉੱਧਰ ਦੇਖ ਲਾ। ਪਾਪਾ ਕਿੱਥੇ ਗਏ? ਹੈ ਜੀ ਸੁਨੀਤਾ। ਚਲੋ ਜੀ ਆਪਾਂ ਮੱਥਾ ਟੇਕ ਲਿਆ। ਬਾਬਾ ਜੀ ਨੂੰ ਮੱਥਾ ਕਿਵੇਂ ਟੇਕਿਆ ਸੀ? ਅਤੇ ਸੰਦੀਪ ਮੋਟਰਸਾਈਕਲ ਚੱਕਣ ਗਏ ਹੋਏ ਨੇ ਅਤੇ ਫਿਰ ਆਪਾਂ ਘਰ ਚੱਲਦੇ ਹਾਂ। ਸ਼ਾਮ ਦਾ ਟਾਈਮ ਹੋਇਆ ਪਿਆ, ਬਿਲਕੁਲ ਰਹਿ ਰਾਸ ਦਾ। ਅਤੇ ਜਾਂਦੇ ਹੋਏ ਦੇਖ ਗੁਰਦੁਆਰਾ ਸਾਹਿਬ ਵੀ ਮੱਥਾ ਟੇਕ ਕੇ ਚਲੇ ਜਾਵਾਂਗੇ। ਅਤੇ ਬਹੁਤ ਟਾਈਮ ਹੋ ਗਿਆ ਆਇਆ ਨਹੀਂ ਗਿਆ, ਜਸਨੀਤ ਹਜੇ ਵੀ ਮੱਥਾ ਟੇਕ ਕੇ ਜਾਂਦਾ। ਅਤੇ ਸੰਦੀਪ ਨੂੰ ਆ ਜਾਂਦਾ ਮੋਟਰਸਾਈਕਲ ਲੈ ਕੇ, ਫਿਰ ਚੱਲਦੇ ਹਾਂ। ਜਸਨੀਤ ਆਪਾਂ ਕਿੱਥੇ ਆਏ ਹਾਂ, ਕਿੱਥੇ ਆਏ ਹਾਂ ਆਪਾਂ? ਚਲੋ ਜੀ ਹੁਣ ਆਪਾਂ ਚੱਲਦੇ ਹਾਂ ਘਰੇ। ਹੁਣ ਆਪਣੀ ਹੈਗੀ ਆ ਵਾਪਸੀ ਘਰ ਦੀ।